ਜਦੋਂ ਮੈਨੂੰ ਕੋਈ ਪੁੱਛਦਾ ਵੀ ਕੰਮ ਕੀ ਕਰਦਾ ਤੇ ਮੈਂ ਕਹਿੰਦਾ ਨਾ ਵੀ ਡੈਰੀ ਕਰੀ ਹੋਈ ਹੈਗੀ ਦੁੱਧ ਦਾ ਕੰਮ ਕਰਦਾਗਾ ਪਸ਼ੂ ਰੱਖੇ ਹੋਇਆ ਮੱਝਾਂ ਗਾਵਾਂ ਤੇ ਅਗਲਾ ਹੁਰੂ ਜੇਮੂ ਕਰਕੇ ਕਹਿੰਦਾ ਤੇ ਗੋਹਾ ਕੌਣ ਚਾਗਦਾ ਇਹਨਾਂ ਦਾ ਤੇ ਜਦੋਂ ਕੰਮ ਆਪ ਕਰਦੇ ਆ ਗੋਹਾ ਗਵੰਡੀ ਚੱਕਣਗੇ ਆਪ ਹੀ ਚੱਕਾਂਗੇ ਗੋਹਾ ਚੱਕਣਾ ਕਿਹੜਾ ਵਾੜੀ ਔਖੀ ਗੱਲ ਆ ਆ ਦੇਖੋ ਆਹ ਦੋ ਟੈਰਾਂ ਵਾਲੀ ਰੇੜੀ ਹੈ ਆਪਣੇ ਕੋਲੇ ਤੇ ਕੋਈ ਹੱਥ ਨਹੀਂ ਲਾਉਣਾ ਗੋਹੇ ਨੂੰ ਨਾ ਹੱਥ ਲਿਬੜੇ ਨਾ ਹੋਰ ਦੋ ਚਾਰ ਮਿੰਟਾਂ ਜੇ ਗੋਹਾ ਚੱਕ ਦੇਈਦਾ ਆਪਾਂ ਲਿਫਟ ਲੱਗੀ ਹੋਈ ਹੈ ਤੇ ਜਾ ਕੇ ਆਹ ਡੰਡੇ ਨਾਲ ਚੱਕ ਦੀ ਉਹ ਕਰਦੀ ਦੀ ਗੋਹਾ ਢੇਰੀ ਕਰ ਤੇ ਆ ਦੇਖੋ ਐ ਭਰ ਕੇ ਫੋੜੇ ਵਿੱਚ ਗੋਹਾ ਤੇ ਇਹਦੇ ਵਿੱਚ ਢੇ ਢੇਰੀ ਕਰ ਦੀਦਾ ਮਨਗਲ ਪਾ ਦੀਦਾ ਇਹਦੇ ਵਿੱਚ ਤੇ ਐਂ ਕਰਕੇ ਮਨ ਕੇ ਚਲੋ 7-8 ਪਸ਼ੂਆ ਮੇਰੇ ਕੋਲ ਚਾਰ ਦੁੱਧ ਵਾਲੇ ਚਾਰ ਛੋਟੇ ਹੋਗੇ ਕਟੀਆਂ ਬੱਛੀਆਂ ਤੇ 5-4 ਮਿੰਟਾਂ ਦੇ ਅੰਦਰ ਅੰਦਰ ਗੋਹਾ ਚੱਕਿਆ ਜਾਂਦਾ ਇਹਨਾਂ ਦਾ ਤੇ ਕੋਈ ਬਾਹਲਾ ਲਿਬੜੀਆਂ ਨਹੀਂ ਹੁੰਦੀਆਂ ਇਹ ਤੇ ਪਾਈਪ ਛੱਡ ਕੇ ਮੋਟਰ ਛੱਡ ਕੇ ਨਵਾ ਦੀਦੀਆਂ ਤੇ ਕੋਈ ਬਾਹਲਾ ਔਖਾ ਕੰਮ ਨਹੀਂ ਹੈਗਾ ਵੀ ਐਨਾ ਸੌਖਾ ਵੀ ਨਹੀਂ ਹੈਗਾ ਜਿੰਨਾ ਆਪਾਂ ਵੀ ਤੁਹਾਨੂੰ ਮੈਂ ਦੱਸ ਰਿਹਾਗਾ ਵੀ ਪਰੂੰ ਐ ਵੀ ਬਾਹਲਾ ਔਖਾ ਨਹੀਂ ਹੈਗਾ ਕੰਮ ਯਾਦੇ ਦੇਖਣ ਕਰਨੇ 'ਚ ਫਰਕ ਹੁੰਦਾਗਾ ਕਰੇ ਤੋਂ ਪਤਾ ਲੱਗ ਜਾਂਦਾਗਾ ਪਹਿਲਾਂ ਅਸੀਂ ਪਸ਼ੂ ਕਦੇ ਰੱਖੇ ਨਹੀਂ ਸੀਗੇ ਮੇਰੀ ਸੁਰਤ 'ਚ ਮੇਰੀ ਸੁਰਤ ਤੋਂ ਪਹਿਲਾਂ ਦੇ ਰੱਖੇ ਹੋਏ ਸੀਗੇ ਪਸ਼ੂ ਤੇ ਹੁਣ ਜਦੋਂ ਆਹ ਸੁਰਤ ਸੰਭਲੀ ਹੈਗੀ ਹੁਣ ਪਸ਼ੂ ਰੱਖਿਆ ਸੀ ਇੱਕ ਸਾਲ ਹੋਇਆ ਹੈਗਾ ਤੇ ਆਪ ਮੈਂ ਧਾਰਾ ਕੱਢਦਾ ਮੈਨੂੰ ਧਾਰ ਕੀ ਮੈਂ ਜਦਾ ਥਣ ਫੜਨ ਤੋਂ ਵੀ ਡਰਦਾ ਹੁੰਦਾ ਸੀਗਾ ਤੇ ਹੁਣ ਆਪ ਧਾਰਾ ਕੱਢਦਾਗਾ ਆਪ ਗੋਹਾ ਸੜਦਾਗਾ ਚੱਕ ਕੇ ਆਹ ਦੇਖੋ ਰੇੜੀ ਹੈਗੀ ਇਹਨੂੰ ਚੱਕ ਕੇ ਜਾ ਕੇ ਫੇ ਲਿਫਟ ਚੱਕ ਦੀ ਦੀ ਹੈ ਗੋਹਾ ਠੇਰੀ ਕਰ ਦੀਦਾਗਾ ਕੋਈ ਬਾਲਾ ਔਖਾ ਕੰਮ ਨਹੀਂ ਹੈਗਾ ਆ ਦੇਖੋ ਐ ਬਿੱਲੀ ਹੋ ਜਾਂਦੀ ਐ ਇਹ ਜਿੱਥੇ ਢੇਰੀ ਲੱਗੀ ਹੁੰਦੀ ਹਥੇ ਇਹ ਢੇਰੀ ਕਰ ਦੇਦਾ ਇਹਦੇ ਵਿੱਚ ਹੀ ਨਿਰਾਲਾ ਦਿੱਕੇ ਲਿਆ ਜਾਈਦਾਗਾ ਕੋਈ ਬਾਲੀ ਵੱਡੀ ਗੱਲ ਨਹੀਂ ਹੈਗੀ ਜਿਆਦਾ ਵੀ ਗੋਹਾ ਚੱਕਣ ਦਾ ਮੈਟਰ ਆਪਾਂ ਬਾਲਾ ਹਾਈਲਾਈਟ ਕਰ ਦਿੰਨੇ ਹੈਗੇ ਤੇ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਜੀ ਸਾਰਿਆਂ ਦਾ